धर्म दूजा अर्जन
ਵਿਚਾਰ ਮੁਤਾਬਕ ਖਾਸ ਕਰ ਮਥੁਰਾ ਭੱਟ ਨੇ ਕਲ ਭੱਟ ਨੇ ਕਲ ਸਹਾਰ ਨੇ ਸਿਫਤ ਕਰਨ ਲੱਗੇ ਬਹੁਤ ਕੁਝ ਸਪਸ਼ਟ ਕੀਤਾ। ਇੱਥੇ ਮਥੁਰਾ ਭੱਟ ਕਹਿੰਦਾ ਹੈ ਤੱਤ ਵਿਚਾਰ ਜਿਹਾ ਮਥੁਰਾ ਮੇਰਾ ਇਹ ਫੈਸਲਾ ਮਥੁਰਾ ਕਹਿੰਦਾ ਕਿ ਸੰਸਾਰ ਦੇ ਉਧਾਰ ਵਾਸਤੇ ਹੀ ਗੁਰੂ ਅਰਜਨ ਆਏ ਨੇ। ਹੋਰ ਸਪਸ਼ਟ ਕਰ ਦਿੱਤਾ ਜਪਿਓ ਜਿਹਨੇ ਅਰਜਨ ਦੇ ਫਿਰ ਸੰਕਟ ਜੋਨ ਗਰਭ ਨੇ ਆਇਆ। ਮਥੁਰਾ ਭੱਟ ਦਾ ਵਿਚਾਰ ਹੈ ਤੇ ਜਿਹੜਾ ਸ਼ਬਦ ਸਾਂਝਾ ਕਰ ਰਿਹਾ ਸਾਂ ਉਹ ਕਲ ਸਹਾਰਦਾ। ਉਹ ਕਹਿੰਦਾ ਜੈ ਜੈ ਜੈਕਾਰ ਦਾਸ ਜਗੰਦ ਗੁਰੂ ਅਰਜਨ ਕੌਣ ਨੇ ਸੰਸਾਰ ਅੰਦਰ ਜਿਨ੍ਹਾਂ ਦੀ ਜੈ ਜੈਕਾਰ ਹੋ ਰਹੀ ਹੈ। ਅੱਗੇ ਜਾ ਕੇ ਕਹਿੰਦੇ ਨੇ ਪਹਿ ਭੰਜਨ ਪਰ ਪੀਰ ਨਿਵਾਰਨ ਡਰ ਹਿਰਦੇ ਵਿੱਚੋਂ ਕੱਢ ਦੇਣ ਵਾਲੇ ਭੈ ਰੂਪੀ ਕੋਈ ਸ਼ਕਤੀ ਅੰਦਰ ਕਾਬਜ਼ ਨਾ ਹੋਵੇ। ਗੁਰੂ ਅਰਜਨ ਦੇ ਸਾਬੰਧ ਦੇ ਸੰਬੰਧ ਵਿੱਚ ਭੈ ਭੰਜਨ ਆਖਿਆ ਕਲ ਸਹਾਰ ਨੇ। ਇੱਥੇ ਬਸ ਨੇ ਦੂਜੇ ਸ਼ਬਦ ਵਿੱਚ ਵੀ ਇਹ ਗੱਲ ਆਖ ਦਿੱਤੀ ਸਭ ਜੀਵਨ ਅਰਜਨ ਅਮੋਲ ਜੇ ਉਹ ਸਭ ਜੀਵਨ ਹੈ ਤੇ ਉਹਨੂੰ ਫਿਰ ਸ਼ਹੀਦ ਕੌਣ ਕਰ ਸਕਦਾ। ਗੁਰਬਾਣੀ ਉਸਨੂੰ ਸਭ ਜੀਵਨ ਆਖ ਰਹੀ ਹਮੇਸ਼ਾ ਜੀਉਂਦਾ ਜਿਹੜਾ ਕਦੀ ਮਰਦਾ ਨਹੀਂ। ਦੇਖਣਾ ਜਿਹੜਾ ਉਸਨੂੰ ਮਾਰਨਾ ਚਾਹੁੰਦਾ ਹੈ ਉਹਦਾ ਕੀ ਕਿਆ ਫਲ। ਜਰਾ ਮੈਂ ਆਪ ਜੀ ਨਾਲ ਗੁਰਬਾਣੀ ਵਿੱਚੋਂ ਇਸ ਸਾਂਝਾ ਕਰਨਾ ਚਾਹੁੰਦਾ। ਆਖਿਰ ਜਿਹਨੇ ਤਤੀਆਂ ਲੋਹਾਂ ਦਾ ਫੈਸਲਾ ਕੀਤਾ ਉਹਨੇ ਮਾਰਨ ਲਈ ਕੀਤਾ। ਜਿਹਨੇ ਗਰਮ ਰੇਤੇ ਸੀਸ ਵਿੱਚ ਪਾਉਣ ਦਾ ਫੈਸਲਾ ਕੀਤਾ ਉਹਨੇ ਮਾਰਨ ਲਈ ਕੀਤਾ ਕਿਉਂਕਿ ਅੱਗ ਮਾਰਨ ਦਾ ਸਭ ਤੋਂ ਬਲਵਾਨ ਜ਼ਰੀਆ ਹੈ। ਮਾਰਿਆ ਤਲਵਾਰ ਨਾਲ ਵੀ ਜਾਂਦਾ ਹੈ ਕਿਸੇ ਹਥਿਆਰ ਨਾਲ ਵੀ ਜਾਂਦਾ ਹੈ। ਮਾਰਿਆ ਪਾਣੀ ਵਿੱਚ ਡੁੱਬ ਕੇ ਵੀ ਜਾਂਦਾ ਹੈ। ਰਾਤ ਦੇ ਸੰਬੰਧ ਵਿੱਚ ਇੱਕ ਰਾਖੀ ਗਈ ਨਾ
ਗਿਰਧਰ ਜਲ ਜਵਾਲਾ ਪੈਰਾ ਥਿਓ ਪਹਾੜ ਤੋਂ ਸੁੱਟ ਕੇ ਗਿਰ ਤੋਂ ਪਹਾੜ ਤੋਂ ਸੁੱਟ ਕੇ ਮਾਰਨ ਜਲ ਪਾਣੀ ਵਿੱਚ ਡੋਬ ਕੇ ਮਾਰਨ ਜਵਾਲਾ ਅੱਗ ਵਿੱਚ ਜਲਾ ਕੇ ਮਾਰਨ ਤਿੰਨੋਂ ਤਰੀਕੇ ਵੱਖ ਵੱਖ ਨੇ। ਗੁਰਬਾਣੀ ਨੇ ਬਹੁਤ ਕੁਝ ਹਿਸਟਰੀ ਨੂੰ ਸਪਸ਼ਟ ਕੀਤਾ ਹੈ। ਕਾਸ਼ ਕਦੀ ਅਸੀਂ ਕਿਸੇ ਮਨੁੱਖ ਦੀ ਲਿਖੀ ਹੋਈ ਹਿਸਟਰੀ ਇਤਿਹਾਸ ਤੱਕ ਹੀ ਨਿਰਭਰ ਨਾ ਹੋਈ। ਦੁਖਾਂਤ ਸਾਡਾ ਇਹ ਹੈ ਕਿ ਅਸੀਂ ਇਤਿਹਾਸ ਨੂੰ ਅਤੇ ਗੁਰਬਾਣੀ ਨੂੰ ਵੱਖ ਵੱਖ ਕਰ ਦਿੱਤਾ ਹੈ, ਵੱਖ ਵੱਖ ਕਰ ਦਿੱਤਾ। ਗੁਰਬਾਣੀ ਅਸੀਂ ਸਮਝਦੇ ਹਾਂ ਗੁਰੂ ਦੇਵ ਗੁਰੂ ਦੀ ਕਹੀ ਹੋਈ। ਇਤਿਹਾਸ ਦਾ ਲਿਖਣ ਦਾ ਹੱਕ ਕਿਸੇ ਵੀ ਮਨੁੱਖ ਨੂੰ ਦੇ ਦਿੰਦੇ ਹਾਂ, ਕੋਈ ਵੀ ਲਿਖ ਸਕਦਾ। ਇਹੋ ਕਾਰਨ ਹੈ ਇਤਿਹਾਸਕਾਰ ਸਾਡੇ ਵਿਹੜੇ ਵਿੱਚ ਬੜੇ ਪੈਦਾ ਹੋਏ, ਉਹ ਕੋਈ ਵੀ ਹੋ ਸਕਦਾ, ਵੱਖ ਵੱਖ ਕਰ ਦਿੱਤਾ। ਉਹਦਾ ਨਤੀਜਾ ਇਹ ਹੈ ਬਹੁਤ ਸਾਰੇ ਇਤਿਹਾਸ ਗੁਰਬਾਣੀ ਨਾਲ ਸੰਬੰਧ ਰਿਸ਼ਤਾ ਨਹੀਂ ਰੱਖਦੇ, ਪਰ ਜਦੋਂ ਅਸੀਂ ਗੁਰਬਾਣੀ ਨੂੰ ਖੋਜਦੇ ਹਾਂ ਨਾ, ਉਹਦੇ ਨਾਲ ਇਤਿਹਾਸ ਦਾ ਬਹੁਤ ਕੁਝ ਭੇਦ ਖੁੱਲ ਜਾਂਦਾ ਹੈ। ਹੁਣ ਮਾਰਨ ਦੇ ਮੈਂ ਕਰਿਆ ਸਾਂ, ਮਾਰਨ ਦੇ ਕਿੰਨੇ ਜ਼ਰੀਏ ਨੇ, ਤਲਵਾਰ ਨਾਲ ਹਥਿਆਰ ਨਾਲ ਵੀ ਮਾਰਿਆ ਜਾ ਸਕਦਾ, ਪਾਣੀ ਵਿੱਚ ਡੁੱਬ ਕੇ ਵੀ ਮਾਰਿਆ ਜਾ ਸਕਦਾ, ਜਿਵੇਂ ਪ੍ਰਹਿਲਾਦ ਨੂੰ ਕੋਸ਼ਿਸ਼ ਕੀਤੀ, ਬਾਬਾ ਕਬੀਰ ਜੀ ਨੂੰ ਵੀ ਮਾਰਨ ਦੀ ਕੋਸ਼ਿਸ਼, ਉਹਨੇ ਵੀ ਇਹੋ ਗੱਲ ਆਖ ਦਿੱਤੀ, ਗੰਗ ਗੁਸਾਇਣ ਗੈਰ ਗੰਭੀਰ ਜ਼ੰਜੀਰ ਬੰਦ ਕਰ ਖਰੇ ਕਬੀਰ, ਸੰਗਲਾਂ ਨਾਲ ਜ਼ੰਜੀਰਾਂ ਨਾਲ ਬੰਨ ਕੇ ਮੈਨੂੰ ਗੰਗਾ ਵਿੱਚ ਡੁੱਬ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਮਤਲਬ ਤਾਂ ਮਾਰਨਾ ਹੀ ਸੀ। ਖਿਆਲ ਕਰੋ, ਇਹਨਾਂ ਸਾਰਿਆਂ ਮਾਰਨ ਦੇ ਵਸੀਲਿਆਂ ਨਾਲੋਂ ਸਭ ਤੋਂ ਪ੍ਰਬਲ ਬਲਵਾਨ ਅਤੇ ਖਤਰਨਾਕ ਜਿਹੜਾ ਉਹ ਹੈ ਅਗਨੀ ਦਾ। ਕਿਉਂ? ਕਿਉਂਕਿ ਹਰ ਇੱਕ ਚੀਜ਼ ਦੀ ਆਪਾਂ ਵਿਚਾਰ ਕਰਨੀ। ਕਿਉਂ? ਜਿੰਨੇ ਬਾਕੀ ਜ਼ਰੀਏ ਨੇ ਉਹਨਾਂ ਤੋਂ ਬਾਅਦ ਪਛਾਣ ਕਾਇਮ ਰਹਿੰਦੀ ਹੈ, ਚਲੋ ਹਮੇਸ਼ਾ ਲਈ ਨਾ ਸੀ, ਕੁਝ ਸਮੇਂ ਲਈ। ਹਥਿਆਰ ਨਾਲ ਮਾਰੋਗੇ ਟੁਕੜੇ ਕਰ, ਪਰ ਕੋਈ ਮਾਰਿਆ ਗਿਆ ਹੈ, ਕੌਣ ਮਾਰਿਆ ਗਿਆ ਹੈ, ਉਹਦੇ ਟੁਕੜਿਆਂ ਤੋਂ, ਉਹਦੇ ਸੀਸ ਤੋਂ, ਉਹਦੇ ਲੱਤਾਂ, ਉਹਦੀਆਂ ਕਈ ਪਛਾਣ ਦੇ ਜ਼ਰੀਏ ਮਿਲ ਜਾਣਗੇ। ਕੁਛ ਸਮਾਂ ਤੇ ਮਿਲਣਗੇ, ਪਾਣੀ ਵਿੱਚ ਡੁੱਬ ਕੇ ਵੀ ਮਰਦਾ ਹੈ, ਤੇ ਲਾਸ਼ ਦੇ ਵਿੱਚ ਦੀ ਪਛਾਣ ਤਾਂ ਕੁਛ ਸਮੇਂ ਲਈ ਰਹਿੰਦੀ ਹੈ ਨਾ, ਨਿਸ਼ਾਨ ਖਤਮ ਨਹੀਂ ਹੁੰਦਾ, ਪਛਾਣ ਖਤਮ ਨਹੀਂ ਹੁੰਦੀ। ਸਭ ਤੋਂ ਖਤਰਨਾਕ ਤਰੀਕਾ ਹੈ ਮਾਰਨ ਦਾ, ਉਹ ਹੈ ਅੱਗ ਵਿੱਚ ਜਲਾ ਕੇ ਮਾਰਨਾ।
ਕਿਉਂਕਿ ਵਿੱਚ ਅੱਗ ਵਿੱਚ ਜਲਨ ਤੋਂ ਬਾਅਦ ਉਹ ਭਸਮ ਹੋ ਜਾਏਗਾ, ਸੁਆ ਹੋ ਜਾਏਗਾ, ਪਛਾਣ ਹੀ ਖਤਮ ਹੋ ਜਾਏਗੀ। ਜਿਹਦੀ ਪਛਾਣ ਖਤਮ ਕਰਨੀ ਹੋਵੇ ਸਭ ਜਾਣੇ ਹੋ, ਉਹਨੂੰ ਫਿਰ ਅੱਗ ਵਿੱਚ ਜਲਾ ਕੇ ਮਾਰਿਆ ਜਾਂਦਾ ਹੈ। ਔਰ ਸੋਚਿਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਹੀਦੀ ਲਈ ਕਿਹੜਾ ਸਾਧਨ ਚੁਣਿਆ ਗਿਆ। ਇਹ ਗੱਲ ਵੱਖਰੀ ਹੈ ਕਿ ਸ਼ਹੀਦ ਕਰਨ ਵਾਲੇ ਨੂੰ, ਮਾਰਨ ਦਾ ਇਰਾਦਾ ਰੱਖਣ ਵਾਲੇ ਨੂੰ ਮਨੁੱਖ ਨੂੰ ਪਤਾ ਹੀ ਨਹੀਂ ਸੀ, ਮੌਤ ਦੇ ਅਰਥ ਉਹਦੀ ਨਿਗਾਹ ਵਿੱਚ ਹੋਰ ਨੇ, ਗੁਰੂ ਦੀ ਨਿਗਾਹ ਵਿੱਚ ਹੋਰ ਨੇ। ਇਹ ਵੀ ਉਹਨੂੰ ਪਤਾ ਨਹੀਂ ਕਿ ਗੁਰੂ ਜਿਹੜਾ ਹੈ ਉਹ ਮਰਦਾ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਬਾਣੀ ਅੰਦਰ ਵੀ ਆਪ ਦਿੰਦਾ ਹੈ, ਉਹ ਕਹਿੰਦੇ ਨੇ ਸਤਿਗੁਰੂ ਬਾਣੀ ਵਿੱਚ ਕਹਿੰਦੇ ਨੇ, ਸਾਹਿਬ ਮੇਰਾ ਸਦਾ ਹੈ, ਸਤਿਗੁਰੂ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸ਼ੀ ਪੁਰਖ ਹੈ, ਮਰਦਾ ਹੀ ਨਹੀਂ। ਹਰ ਕੇ ਸੇਵਕ ਜੋ ਹਰ ਬਹਾਏ, ਤਿੰਨ ਕੀ ਕਥਾ ਨਿਰਾਲੀ ਰਹੇ, ਉਹ ਆਵੇ ਨਾ ਜਾਏ, ਨਾ ਕਬ ਹੂ ਮਰਤੇ। ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵ ਹੈ, ਹਮੇਸ਼ਾ ਜਿਉਂਦਾ ਨਹੀਂ ਮਰਦਾ। ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਸੰਬੰਧ ਵਿੱਚ ਨਾਮ ਲੈ ਕੇ ਵੀ ਆ ਗੱਲ ਆਖ ਦਿੱਤਾ, ਸਦ ਜੀਵਨ ਅਰਜਨ ਅਮੋਲ, ਉਹ ਸਦ ਜੀਵਨ ਹੈ, ਮਰਦਾ ਨਹੀਂ। ਪਰ ਮਾਰਨ ਦਾ ਇਰਾਦਾ ਰੱਖਣ ਵਾਲਾ ਮੂਰਖ ਮਨੁੱਖ ਉਹ ਚੋਣ ਕਰਦਾ ਮਾਰਨ ਦੀ, ਜਿਹੜੀ ਸਭ ਤੋਂ ਖਤਰਨਾਕ ਹੈ ਉਹਦੀ ਨਿਗਾਹ ਵਿੱਚ, ਉਹ ਹੈ ਅੱਗ ਨਾਲ ਜਲਾ ਕੇ ਮਾਰਨਾ, ਅੱਗ ਨਾਲ ਜਲਾ ਕੇ ਮਾਰ, ਕਿਉਂਕਿ ਉਹਦੇ ਨਾਲ ਨਿਸ਼ਾਨ ਮਿਟ ਜਾਂਦਾ ਹੈ। ਅੱਗ ਨਾਲ ਜਲਾ ਕੇ ਮਾਰਨ ਨਾਲ ਪਛਾਣ ਮਿਟ ਜਾਂਦੀ ਹੈ। ਉਹ ਚਾਹੁੰਦਾ ਹੈ ਕਿ ਗੁਰੂ ਅਰਜਨ ਦੀ ਪਛਾਣ ਵੀ ਸੰਸਾਰ ਵਿੱਚ ਨਾ ਰਹੇ, ਹੁਣ ਤੱਕ ਨਹੀਂ। ਇੱਕ ਪਾਸੇ ਗੱਲ ਸਹਾਰ ਕਹਿੰਦਾ ਹੈ ਕਿ ਗੁਰੂ ਅਰਜਨ ਸਾਹਿਬ ਧਰਮ ਦੀ ਪਛਾਣ ਨੇ, ਨਿਸ਼ਾਨ ਨੇ, ਤੇ ਜਿਹੜਾ ਗੁਰੂ ਅਰਜਨ ਨੂੰ ਮਿਟਾਉਣਾ ਚਾਹੁੰਦਾ ਹੈ ਉਹ ਧਰਮ ਦੀ ਪਛਾਣ ਹੀ ਉਹਦਾ ਮਤਲਬ ਮਿਟਾਉਣਾ ਚਾਹੁੰਦਾ, ਕਿਉਂਕਿ ਹੁਣੇ ਲਫ਼ਜ਼ ਕੱਲ ਸਹਾਰਦੇ ਨੇ, ਉਹ ਕਹਿੰਦੇ ਦੇ ਅਰਥ ਨੇ ਨਿਸ਼ਾਨ, ਨਿਸ਼ਾਨ ਸਾਹਿਬ ਝੰਡਾ, ਤੇ ਝੰਡਾ ਕੀ ਹੁੰਦਾ ਹੈ, ਪਛਾਣ। ਗੁਰਦੁਆਰੇ ਦੇ ਅੰਦਰ ਨਿਸ਼ਾਨ ਸਾਹਿਬ ਕਿਉਂ ਲੱਗਦਾ, ਤਾਂ ਕਿ ਦੂਰੋਂ ਵੇਖ ਕੇ ਪਛਾਣ ਹੋ ਜਾਵੇ ਆਹ ਇਮਾਰਤ ਜਿਹੜੀ ਹੈ ਗੁਰਦੁਆਰਾ। ਇਹੋ ਕਾਰਨ ਹੈ ਦੁਨੀਆਂ ਅੰਦਰ ਜਿੰਨੇ ਵੀ ਧਰਮ ਸਥਾਨ ਨੇ ਸਭ ਦੀ ਪਛਾਣ ਵੱਖਰੀ ਵੱਖਰੀ ਨਿਸ਼ਚਿਤ ਕਰ ਦਿੱਤੀ ਗਈ ਹੈ, ਕੋਈ ਪਛਾਣ ਹੈ। ਔਰ ਜਿਹੜੇ ਇਸਲਾਮ ਵਾਲੇ ਨੇ ਉਹ ਝੰਡਾ ਹਰੇ ਰੰਗ ਦਾ ਰੱਖਦੇ ਨੇ, ਜਿਹੜੇ
ਮੰਦਰਾਂ ਵਾਲੇ ਨੇ ਉਹ ਝੰਡਾ ਪਕੜੇ ਦਾ ਕਿੱਦਾਂ ਰੱਖਦੇ ਸੀ, ਲਾਲ ਦਾ ਕਿੱਦਾਂ ਰੱਖਦੇ। ਗੁਰੂ ਅਸਥਾਨਾਂ 'ਤੇ ਅਸੀਂ ਕੇਸਰੀ ਜਾਣੀ ਲਾ ਸੁਰਮਈ ਨਿਸ਼ਾਨ ਹੈ। ਹੁਣ ਕਿਸੇ ਥਾਂ 'ਤੇ ਸੁਰਮਈ ਨੀਲੇ ਰੰਗ ਦਾ ਨਿਸ਼ਾਨ ਚੜਿਆ ਹੋਵੇ ਅਸੀਂ ਆਖਾਂਗੇ ਨਿੰਗਾਂ ਦਾ ਗੁਰਦੁਆਰਾ ਹੈ, ਪਛਾਣ ਹੋ ਗਈ। ਇੱਥੇ ਕੋਈ ਨਿੰਗਾਂ ਦਾ ਨਾਂ ਨਹੀਂ ਲਿਖਿਆ ਹੋਇਆ ਬਾਹਰ, ਪਰ ਦੂਰੋਂ ਵੇਖ ਕੇ ਨਿਸ਼ਾਨ ਸਾਹਿਬ ਜੇ ਨੀਲੇ ਰੰਗ ਦਾ ਚੜਿਆ ਹੋਵੇ ਤਾਂ ਸਾਨੂੰ ਪਤਾ ਲੱਗ ਜਾਂਦਾ ਇਹ ਕੋਈ ਨਿੰਗਾਂ ਦਾ ਗੁਰਦੁਆਰਾ ਹੈ। ਝੰਡੇ ਨੂੰ ਨਿਸ਼ਾਨ ਨੂੰ ਤੇ ਗੁਰੂ ਅਰਜਨ ਸਾਹਿਬ ਦੇ ਸੰਬੰਧ ਵਿੱਚ ਕੱਲ ਸਹਾਰ ਕਹਿੰਦੇ ਮੈਂ ਜਦੋਂ ਗੁਰੂ ਅਰਜਨ ਨੂੰ ਦੇਖਣਾ ਮਨ ਨੂੰ ਸਮਝ ਨਾ ਇਹ ਧਰਮ ਦਾ ਨਿਸ਼ਾਨ ਸਾਹਿਬ ਹੈ। ਜੇ ਕਿਸੇ ਨੇ ਧਰਮ ਨੂੰ ਪਛਾਣਨਾ ਹੋਵੇ ਗੁਰੂ ਅਰਜਨ ਦੇ ਦਰਸ਼ਨ ਕਰ ਲਓ, ਦੇਖਣਾ ਹੈ ਗੁਰੂ ਅਰਜਨ ਕੌਣ ਹੈਗਾ, ਇੱਥੇ ਰੁਕਣਾ ਚਾਹੁੰਦਾ। ਕੱਲ ਸਾਰ ਕਹਿੰਦੇ ਜੋਤ ਜਗਮਗ ਤੇਜ ਭੂ ਮੰਡਲ ਛਾਇਓ
ਰਹੀ ਹੈ ਗੁਰੂ ਅਰਜਨ ਸਾਹਿਬ ਦੀ। ਹੁਣ ਤੇਰਾ ਰੁਕਣਾ ਚਾਹੁੰਦਾ, ਹੁਣ ਉਹ ਤੇ ਹੈ ਧਰਮ ਦੀ ਤੁਜਾ, ਧਰਮ ਦੀ ਪਛਾਣ। ਮਾਰਨ ਵਾਲਾ ਜਿਹਨੇ ਤੱਤੀਆਂ ਲੋਹਾਂ ਦਾ ਸਾਧਨ ਅਪਣਾਇਆ, ਜਿਹਨੇ ਗਰਮ ਰੇਤਿਆਂ ਦਾ ਸਾਧਨ ਅਪਣਾਇਆ, ਅੱਗ ਅੱਗ ਨੂੰ ਸੁਭਾਅ ਹੈ, ਜੋ ਪਾਵਕ ਕਾ ਸਹਿ ਸੁਭਾਅ, ਉਹਦਾ ਸੁਭਾਅ ਜਲਾ ਦੇਣਾ, ਆਪਣਾ ਸੁਭਾਅ ਨਹੀਂ ਛੱਡਦੀ। ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ ਜਦੋਂ ਹਾੜ ਦੇ ਮਹੀਨੇ ਦਾ ਮਸਲਾ ਆਇਆ ਨਾ, ਹੁਣ ਹਾੜ ਚੜਿਆ, ਗੁਰੂ ਅਰਜਨ ਸਾਹਿਬ ਦੀ ਸ਼ਹੀਦੀ ਅਸਾੜ ਵਿੱਚ ਹੋ ਰਹੀ, ਤੇ ਗੁਰੂ ਨਾਨਕ ਪਾਤਸ਼ਾਹ ਜਦੋਂ ਬਾਰਾਂਵਾਂ ਉਸਾਰਦੇ ਨੇ, ਅਸਾੜ ਭਾਵ ਹਾੜ ਦੇ ਮਹੀਨੇ ਦੀ ਪਰਿਭਾਸ਼ਾ ਲਿਖਦੇ ਨੇ, ਤੇ ਕਹਿੰਦੇ ਨੇ ਅਸਾੜ ਭਲਾ ਸੂਰਜ ਗਗਨ ਤਪੈ। ਕੈਸਾ ਹੈ ਅਸਾੜ? ਅਸਮਾਨ ਵਿੱਚ ਸੂਰਜ ਤਪਦਾ ਹੈ, ਸੂਰਜ ਗਗਨ ਤਪੈ, ਬੜਾ ਗਰਮ ਹੁੰਦਾ ਹੈ, ਬੜੀ ਪ੍ਰਬਲ ਅੱਗ ਹੁੰਦੀ ਹੈ ਉਸ ਸੂਰਜ ਵਿੱਚ ਜਿਹੜਾ ਹਾੜ ਦੇ ਮਹੀਨੇ ਚੜ੍ਹਦਾ ਹੈ। ਸੂਰਜ ਗਗਨ ਤਪੈ, ਤੇ ਇੰਨਾ ਜ਼ਿਆਦਾ ਜ਼ਾਲਮ ਹੁੰਦਾ ਹੈ ਕਿ ਧਰਤੀ ਦੁੱਖ ਸਹੇ। ਕਿੱਥੇ ਧਰਤੀ ਤੇ ਅਸਮਾਨ ਦਾ ਆਪਸ ਵਿੱਚ ਦੂਰੀ ਅੰਤਰ, ਆਪਾਂ ਜਿਹਦੇ ਚ ਬਹੁਤਾ ਫਰਕ ਹੋਵੇ, ਆਖੀਦਾ ਹੈ ਨਾ ਵੀ ਜ਼ਮੀਨ ਅਸਮਾਨ ਦਾ ਫਰਕ ਹੈ, ਹੈ ਜ਼ਮੀਨ ਅਸਮਾਨ ਦਾ ਫਰਕ ਹੈ, ਜ਼ਮੀਨ ਤੇ ਧਰਤੀ ਤੇ ਅਸਮਾਨ ਦਾ ਇੰਨੀ ਦੂਰੀ ਹੈ। ਪਰ ਕਹਿਣ ਲੱਗੇ ਕਿਹੜੀ ਅਜੀਬ ਗੱਲ ਹੈ, ਆਕਾਸ਼ ਵਿੱਚ ਸੂਰਜ ਤਪਦਾ ਹੈ ਤੇ ਇੰਨਾ ਤਪਦਾ ਹੈ, ਇੰਨਾ ਤਪਦਾ ਹੈ, ਇੰਨੀ ਦੂਰ ਬੈਠੀ ਹੋਈ ਧਰਤੀ ਵੀ ਦੁੱਖ ਸਹਿੰਦੀ, ਉਹ ਵੀ ਦੁਖਦੀ ਹੈ, ਉਹ ਵੀ ਤਪਦੀ ਹੈ, ਉਹਦੇ ਤੇ ਪੈਰ ਨਹੀਂ ਟਿਕਦਾ, ਉਹਦੇ ਵਿੱਚ ਜਿੰਨਾ ਰਸ ਹੁੰਦਾ ਹੈ ਪਾਣੀ ਉਹ ਵੀ ਸੁੱਕਦਾ ਹੈ, ਉਹਦੇ ਵਿੱਚ ਜਿੰਨੇ ਬੂਟੇ ਹੁੰਦੇ ਨੇ ਉਹ ਵੀ ਸੁੱਕਦੇ ਨੇ। ਅਸਮਾਨ ਤੇ ਸੂਰਜ ਹੈ, ਧਰਤੀ ਤੇ ਇੰਨਾ ਅਸਰ ਕਰਦਾ ਹੈ, ਅੱਗ ਕੀ ਚੀਜ਼ ਹੈ, ਜ਼ਾਲਮ ਹੈ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਹੈ, ਅਸਾੜ ਭਲਾ ਸੂਰਜ ਗਗਨ ਤਪੈ, ਧਰਤੀ ਦੁੱਖ ਸਹਾਇਆ, ਸੁੱਖ ਹੈ ਅਗਨ ਭਟਕੈ, ਉਹ ਅੱਗ ਨੂੰ ਭਟਕਦੀ ਹੈ, ਭਾਵ ਅੱਗ ਹੀ ਉਹਦੀ ਖੁਰਾਕ, ਉਹਦੇ ਅੰਦਰ ਪ੍ਰਵੇਸ਼ ਕਰ ਰਹੀ ਹੈ ਅੱਗ, ਸੁੱਖ ਹੈ ਅਗਨ ਭਟਕ ਹੈ, ਅਗਨ ਰਸ ਸੁੱਖ ਹੈ, ਉਹ ਅਗਨੀ ਜਿਹੜੀ ਅਸਮਾਨ ਦੇ ਸੂਰਜ ਦੀ ਹੈ, ਉਹ ਧਰਤੀ ਵਿੱਚੋਂ ਰਸ ਸੁੱਖ ਰਹੀ ਹੈ, ਹਰਿਆਵਲ ਖੋ ਰਹੀ ਹੈ, ਅਗਨ ਰਸ ਸੁੱਖ ਹੈ, ਮਰੀਆ ਧੁੱਖ ਹੈ, ਉਹਦੀ ਤੁਖਾਈ ਹੋਈ, ਭਾਵ ਬਾਲੀ ਹੋਈ, ਆਪਾਂ ਕਹਿੰਦੇ ਅੱਗ ਧੁੱਖ ਰਹੀ ਹੈ, ਪਰ ਹੈ ਕੀ ਭੀ ਸੋ ਕਿਰਤ ਨਾ ਹਾਰੇ, ਇੰਨੀ ਦੁਖੀ ਹੈ ਸੰਸਾਰ ਦੀ ਮਖਲੂਕਾਤ, ਇੰਨੀ ਬਨਸਪਤੀ, ਪਰ ਸੂਰਜ ਆਪਣਾ ਸੁਭਾਅ ਨਹੀਂ ਛੱਡਦਾ, ਉਹ ਅੱਗ ਵਰਾਹੀ ਜਾਂਦਾ, ਭੀ ਸੋ ਕਿਰਤ ਨਾ ਹਾਰੇ, ਲਿਹਾਜ਼ ਨਹੀਂ ਕਰਦਾ, ਹਾਰਦਾ ਨਹੀਂ,
ਛੱਡਦਾ ਨਹੀਂ, ਅੱਗ ਦਾ ਸੁਭਾਅ। ਹੁਣ ਇੱਥੇ ਮਸਲਾ ਹੈ ਕਿ ਜੇ ਨਹੀਂ ਹਾਰਦਾ, ਇੰਨੀ ਅੱਗ ਹੈ ਉਹਦੇ ਵਿੱਚ, ਇੰਨੀ ਤਪਤ ਹੈ, ਤੇ ਅਸਾੜ ਦਾ ਮਹੀਨਾ ਤੇ ਹੈ ਵੀ ਦੁਪਹਿਰ, ਤਵੀ ਵੀ ਤਪ ਰਹੀ ਉਹਦੇ ਥੱਲੇ ਵੀ, ਅੱਗ ਉੱਤੇ ਰੇਤਾ ਵੀ ਪਾਇਆ ਜਾ ਰਿਹਾ, ਉਹ ਵੀ ਅੱਗ ਵੱਲ ਤਪਦਾ ਹੋਇਆ, ਦੇਗ ਵੀ ਉਬਾਲੀ ਹੋਈ ਹੈ, ਉਹ ਵੀ ਅੱਗ ਵੱਲ ਹੋ ਗਈ। ਪਰ ਕਿੰਨੀ ਅਜੀਬ ਗੱਲ ਹੈ, ਗੁਰਬਾਣੀ ਵਿੱਚੋਂ ਮੈਨੂੰ ਬਹੁਤ ਕੁਝ ਜਵਾਬ ਮਿਲਦੇ ਨੇ। ਕਿੰਨੀ ਅਜੀਬ ਗੱਲ ਹੈ, ਇੰਨੀਆਂ ਅੱਗਾਂ ਦੇ ਇਕੱਠੇ ਹੁੰਦਿਆਂ ਵੀ ਗੁਰੂ ਨਹੀਂ ਤਪ ਰਿਹਾ। ਗੁਰੂ ਨੇ ਬਾਣੀ ਵਿੱਚ ਆਖਿਆ ਹੈ, ਸਾਫੀਆਂ ਦੇ ਨਾਲੋਂ ਜ਼ਿਆਦਾ ਗੁਰਬਾਣੀ ਨੂੰ ਵਿਚਾਰੀਏ। ਬੜੀ ਸੁੰਦਰ ਐਗਜ਼ਾਮਪਲ, ਕਹਿਣ ਲੱਗੇ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਟ ਅਗਨ ਧਰੀ ਜੈ। ਕਹਿਣ ਲੱਗੇ ਤੂੰ ਰੱਬ ਦੀ ਸ਼ਕਤੀ ਨਹੀਂ ਜਾਣਦਾ, ਮੈਂ ਉਸ ਰੱਬ ਨਾਲ ਜੁੜਿਆ ਹੋਇਆ। ਤੂੰ ਉਸਦੀ ਬਲਵਾਨਤਾ ਨਹੀਂ ਜਾਣਦਾ, ਦੇਖ ਲੈ ਧਰਤੀ ਮਿੱਟੀ ਹੈ ਤੇ ਪਾਣੀ ਉੱਤੇ ਸੁਥੇਰਾ, ਡੁੱਬਦੀ ਵੀ ਨਹੀਂ, ਖੁਰਦੀ ਵੀ ਨਹੀਂ। ਮਿੱਟੀ ਤੁਸੀਂ ਪਾਣੀ ਵਿੱਚ ਰੱਖਦੇ, ਖੁਰ ਜਾਂਦੀ, ਡੁੱਬ ਜਾਂਦੀ, ਪਰ ਵੇਖ ਲੈ ਵਿੱਚੇ ਧਰਤੀ ਵਿੱਚੇ ਪਾਣੀ ਵਿੱਚ ਕਾਸ਼ਤ, ਕਾਸ਼ਤ ਕਹਿੰਦੇ ਲੱਕੜੀ, ਹਰ ਲੱਕੜੀ ਵਿੱਚ ਅੱਗ ਹੈ, ਹਰ ਲੱਕੜੀ ਵਿੱਚ ਅੱਗ ਹੈ। ਤੇ ਜੇ ਅੰਦਰ ਅੱਗ ਹੈ ਤੇ ਫਿਰ ਲੱਕੜਾ, ਇੰਨੇ ਇੰਨੇ ਦਰਖਤ, ਬਨਸਪਤੀ, ਜੰਗਲ, ਬਿਆਬਾਨ, ਬਾਗ, ਬਗੀਚੇ, ਹਰਿਆਵਲੇ ਸੜਦੇ ਕਿਉਂ ਨਹੀਂ ਅੰਦਰ ਤਾਂ ਇਹਦੀ ਅੱਗ ਹੈ। ਪਰ ਤਨ ਹੈ ਉਹ ਮਾਲਿਕ ਜਿਹਨੇ ਇੱਕ ਐਸਾ ਸਿਸਟਮ ਬਣਾ ਦਿੱਤਾ, ਅੰਦਰ ਅੱਗ ਹੈ ਪਰ ਜਲਾ ਨਹੀਂ ਸਕਦੀ। ਵਿੱਚੇ ਧਰਤੀ, ਵਿੱਚੇ ਪਾਣੀ, ਵਿੱਚ ਕਾਸ਼ਤ ਅਗਨ ਧਰੀ ਜੈ, ਕਾਸ਼ਤ ਵਿੱਚ ਅੱਗ ਰੱਖਤੀ ਪਰ ਜਲਾ ਨਹੀਂ ਸਕਦੀ। ਕਹਿਣ ਲੱਗੇ ਜੇ ਅੰਦਰ ਦੀ ਅੱਗ ਪਈ ਹੋਈ ਕਾਸ਼ਤ ਨੂੰ, ਦਰਖਤਾਂ ਨੂੰ ਜਲਾ ਨਹੀਂ ਸਕਦੀ ਤਾਂ ਭਰਿਆ, ਮੇਰੇ ਤਾਂ ਅਜੇ ਅੰਦਰ ਅੱਗ ਨਹੀਂ ਬਾਹਰੀ ਹੈ। ਗੁਰੂ ਅਰਜਨ ਦੇ ਅੰਦਰ ਅੱਗ ਨਹੀਂ, ਚੰਦੂ ਨੇ ਬਾਹਰ ਹੀ ਬਾਲੀ, ਅੰਦਰ ਨਹੀਂ ਬਾਲ ਸਕਿਆ। ਇਹ ਅੱਗ ਮੇਰਾ ਕੀ ਵਿਗੜੀ? ਹੁਣ ਦੇਖੋ ਬਲਵੰਤ ਕਿੱਡੀ ਹੈ।
ਵਿੱਚ ਪਾ ਸਕਣਗੇ ਜਾਂ ਨਹੀਂ ਪਾ ਸਕਣਗੇ। ਪਰ ਇੱਕ ਹੋਰ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਨੇ ਚੰਦਨ, ਭਾਈ ਗੁਰਦਾਸ ਜੀ ਨੇ ਵੀ ਇੱਕ ਐਗਜ਼ਾਮਪਲ ਦਿੱਤੀ, ਕਹਿਣ ਲੱਗੇ ਚੰਦਨ ਸੱਪੀ ਵੇੜਿਆ। ਭਵਨ ਚੰਦਨ ਦੇ ਬਾਰੇ ਕਹਿੰਦੇ ਨੇ ਕਿ ਉਹਦੇ ਦੁਆਲੇ ਸੱਪ ਹੀ ਸੱਪ ਹੁੰਦੇ ਨੇ, ਗੁੰਜਲਾ ਪਾ ਕੇ ਬੈਠੇ ਹੁੰਦੇ ਨੇ, ਜ਼ਹਿਰੀਲੇ ਸੱਪ। ਭਾਈ ਸਾਹਿਬ ਨੇ ਆਖਿਆ, ਕਹਿੰਦੇ ਨੇ ਚੰਦਨ ਸੱਪੀ ਵੇੜਿਆ ਪਰ ਸੀਤਲ ਸ਼ਾਂਤ ਸੁਗੰਧ ਨਿਵਾਸੀ ਲਈ ਕੀ ਬੈਠਾ। ਸੀਤਲ ਤਾਂ ਚੰਦਨ ਠੰਡਾ ਹੁੰਦਾ, ਗੁਰੂ ਨੇ ਬਾਣੀ ਵਿੱਚ ਵੀ ਆਖ ਦਿੱਤਾ, ਚੰਦਨ ਚੰਦ ਨਾ ਸਰਦ ਰੁੱਤ ਮੂਲ ਨਾ ਮਿਟੇ ਘਰ ਸੀਤਲ ਥੀਵੇਂ ਨਾਨਕਾ ਜੋ ਪੰਦਰੋਂ ਹਰਨਾ। ਜਦੋਂ ਠੰਡੀਆਂ ਚੀਜ਼ਾਂ ਦੀ ਗਿਣਤੀ ਕੀਤੀ ਉੱਥੇ ਚੰਦਨ ਨੂੰ ਵੀ ਵਿੱਚ ਰੱਖਿਆ, ਚੰਦਨ ਠੰਡਾ ਹੁੰਦਾ। ਕਹਿੰਦੇ ਚਾਰ ਚੁਫੇਰੇ ਆਉਂਦੇ ਸੱਪ ਨੇ, ਜ਼ਹਿਰੀਲੇ ਸੱਪ, ਪਰ ਭਲਿਆ ਤੂੰ ਸਮਝਦਾ ਨਹੀਂ, ਇੰਨੇ ਜ਼ਹਿਰੀਲੇ ਸੱਪਾਂ ਦੇ ਦੁਆਲੇ ਹੋਣ ਦੇ ਬਾਵਜੂਦ ਚੰਦਨ ਦੀ ਨਾ ਸੀਤਲਤਾ ਗੁਆਉਂਦਾ ਨਾ ਸੁਗੰਧੀ ਗੁਆਉਂਦਾ। ਸੁਗੰਧੀ ਵੀ ਉਹਦੇ ਅੰਦਰ ਰਹਿੰਦੀ ਹੈ, ਸੀਤਲਤਾ ਵੀ ਉਹਦੇ ਅੰਦਰ ਰਹਿੰਦੀ ਹੈ, ਜ਼ੋਰ ਇੰਨਾ ਲਾ ਬੈਠੇ ਨੇ ਸੱਪ ਆਪਣੀ ਜ਼ਹਿਰ ਨਾਲ ਉਹਦੀ ਸੁਗੰਧੀ ਅਤੇ ਸੀਤਲਤਾ ਨਹੀਂ ਗਵਾ ਸਕਦੇ। ਉਹ ਭਲਿਆ ਜੇ ਉਹਦੇ ਅੰਦਰੋਂ ਨਹੀਂ ਗਵਾ ਸਕਦੇ, ਇਹ ਚੰਦੂ ਦੀ ਅੱਗ ਮੇਰੇ ਅੰਦਰੋਂ ਸੀਤਲਤਾ ਕਿਵੇਂ ਗਵਾਏਗੀ। ਇਰਾਦਾ ਆਪਣਾ ਆਪਣਾ, ਮਰਨ ਵਾਲੇ ਨੇ ਆਪ ਵੱਲੋਂ ਮਰਨ ਦੀ ਤਰਕੀਬ ਸਭ ਤੋਂ ਜ਼ਹਿਰੀਲੀ ਸਭ ਤੋਂ ਖਤਰਨਾਕ ਚੁਣੀ ਹੈ, ਸਭ ਤੋਂ ਖਤਰਨਾਕ ਚੁਣੀ ਹੈ। ਤੇ ਮਾਰਨ ਵੀ ਉਸ ਢੰਗ ਨਾਲ ਪਾਣੀ ਚ ਨਹੀਂ, ਕਿਸੇ ਹਥਿਆਰ ਨਾਲ ਨਹੀਂ, ਅੱਗ ਨਾਲ ਚਲਾ ਕੇ, ਤਾਂ ਕਿ ਨਿਸ਼ਾਨ ਹੀ ਮਿਟ ਜਾਏ, ਪਛਾਣ ਮਿਟ ਜਾਏ। ਲੋਕ ਗੱਲ ਇੱਥੇ ਸੀ, ਉਹ ਪਛਾਣ ਮਿਟਾਉਣਾ ਚਾਹੁੰਦਾ। ਪਿਛਲੇ ਦਿਨਾਂ ਵਿੱਚ ਇੱਕ ਵਾਰ ਕੋਈ ਸਾਲ ਹੋ ਗਏ ਨੇ ਇੱਥੇ ਨਿਊਯਾਰਕ ਬੋਲਦਿਆਂ, ਮੈਂ ਇੱਕ ਗੱਲ ਕਹੀ ਸੀ, ਮੈਂ ਕਿਹਾ ਕਿਹੜੀ ਅਜੀਬ ਗੱਲ ਹੈ, ਮਰਨ ਵਾਲਾ ਸਮਝਦਾ ਹੈ ਖੋਰੇ ਗੁਰੂ ਧਨ ਹੈ, ਅੱਗ ਨਾਲ ਜਲਾ ਕੇ ਨਿਸ਼ਾਨ ਹੀ ਮਿਟਾ ਦਿਆਂਗਾ। ਔਰ ਇਹ ਫੈਸਲਾ ਉਹਨੇ ਅੱਜ ਨਹੀਂ ਕੀਤਾ, ਉਹ ਹੌਲੀ ਹੌਲੀ ਤੁਰਿਆ ਹੈ, ਸਿਰਫ ਫਰਕ ਉਹਨੂੰ ਰਾਜ ਸ਼ਕਤੀ ਦੀ ਸਤਾ ਦੀ ਦਾ ਸਾਥ ਨਹੀਂ ਮਿਲਿਆ। ਹੁਣ ਬਾਬਰ ਨਾਲ ਗੁਰੂ ਨਾਨਕ ਦਾ ਮੇਲ ਹੋਇਆ, ਝੁਕਿਆ, ਗੁਰੂ ਅੰਗਦ ਸਾਹਿਬ ਕੋਲ ਹਮਾਇਨੂੰ ਗਿਆ, ਇਸ ਦੀ ਪੜ੍ਹ ਲਓ, ਬਾਬਰ ਦਾ ਪੁੱਤਰ ਹਮਾਇਨੂੰ ਸੀ, ਉਹ ਗੁਰੂ ਅੰਗਦ ਸਾਹਿਬ ਦੇ ਦਰਬਾਰ ਵਿੱਚ ਗਿਆ, ਉੱਥੇ ਮੇਲ ਹੋ ਗਿਆ। ਤੇ ਬਾਬਰ ਹਮਾਇਨੂੰ ਦਾ ਪੁੱਤਰ ਸੀ ਅਕਬਰ, ਅਕਬਰ ਗੁਰੂ ਅਮਰਦਾਸ ਸਾਹਿਬ ਦੇ ਦਰਬਾਰ ਵਿੱਚ ਗਿਆ, ਉੱਥੇ ਗਿਆ, ਉੱਥੇ ਜਾ ਕੇ ਉਸਨੇ ਲੰਗਰ ਵਿੱਚ ਪ੍ਰਸ਼ਾਦ ਛਕਿਆ। ਇਹਦਾ ਮਤਲਬ ਚਾਂਸ ਨਾ ਮਿਲ ਸਕਿਆ ਬ੍ਰਾਹਮਣ ਨੂੰ ਕਿ ਮੈਨੂੰ ਕਿਸੇ ਤਰ੍ਹਾਂ ਸਾਥ ਮਿਲੇ ਸਰਕਾਰ ਦਾ, ਵਕਤ ਦੀ, ਹਕੂਮਤ ਦਾ, ਅਤੇ ਮੈਂ ਇਸ ਦਾ ਨਿਸ਼ਾਨ ਮਿਟਾ ਸਕਾਂ। ਅਜੀਬ ਗੱਲ ਹੈ, ਇਹ ਗੱਲਾਂ ਦੋਨੋਂ ਹੀ ਉਸ ਟਾਈਮ ਤੇ ਵੀ ਹੋਈਆਂ। ਕੋਸ਼ਿਸ਼ ਰਹੀ ਹੈ
ਕਿ ਇਹਦਾ ਜਿਹੜਾ ਸਿਧਾਂਤ ਰੂਪੀ ਰੋਸ਼ਨੀ ਹੈ ਨਾ ਉਹ ਕਿਵੇਂ ਖਤਮ ਕੀਤੀ ਜਾਏ। ਬਰਾਬਰ ਤੇ ਮਿਲਾਵਟ ਕਰਕੇ, ਜੇ ਮਿਲਾਵਟ ਨਾ ਹੁੰਦੀ ਤੇ ਗੁਰੂ ਅਮਰਦਾਸ ਪਾਤਸ਼ਾਹ ਜੀ ਨੂੰ ਇਹ ਗੱਲ ਕਿਉਂ ਕਹਿਣੀ ਪੈਂਦੀ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰ ਬਾਜੋ ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਅੱਖ ਬਕਾਣੀ, ਕਿਉਂਕਿ ਉਹ ਸਮਝ ਗਏ। ਗੁਰੂ ਨਾਨਕ ਨੇ ਆਖ ਦਿੱਤਾ ਸੀ, ਪਹਿਲਾਂ ਹੀ ਫੈਸਲਾ ਦਿੱਤਾ ਸੀ ਸ਼ਬਦ ਗੁਰੂ ਸੁਰ ਤੁਰ ਚੇਲਾ, ਉਹ ਗੁਰੂ ਦਾ ਨਿਸ਼ਾਨ ਮਿਟਾਉਣਾ ਚਾਹੁੰਦਾ। ਲੋ ਇੱਧਰ ਉਹਨਾਂ ਜੇ ਸ਼ਬਦ ਗੁਰੂ ਹੈ ਤਾਂ ਗੁਰੂ ਦਾ ਨਿਸ਼ਾਨ ਮਿਟਣਾ ਚਾਹੀਦਾ। ਉਹਦੇ ਦੋ ਤਰੀਕੇ ਨੇ, ਇੱਕ ਤਾਂ ਮਿਲਾਵਟ ਕਰਕੇ ਉਹਦਾ ਰੂਪ ਬਦਲ ਦਿਓ, ਨਿਸ਼ਾਨ ਨਾ ਰਹੇ, ਉਹ ਚੱਲਦਾ ਰਿਹਾ ਚੱਲਦਾ ਰਿਹਾ। ਤੇ ਗੁਰੂ ਅਮਰਦਾਸ ਸਾਹਿਬ ਨੂੰ ਇਹ ਗੱਲ ਭਾਪ ਕੇ ਕਹਿਣਾ ਪਿਆ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਅੱਖ ਖਾਣੀ। ਈਵਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੱਕ ਇਹ ਗੱਲ ਚੱਲਦੀ ਰਹੀ ਤੇ ਗੁਰੂ ਰਾਮਦਾਸ ਸਾਹਿਬ ਨੂੰ ਵੀ ਕਹਿਣਾ ਪਿਆ ਸਤਿਗੁਰ ਕੀ ਰੀਸੇ ਹੋਰ ਕੱਚ ਪਿੱਛ ਬੋਲਦੇ ਕਿ ਗੁਰੂ ਰਾਮਦਾਸ ਸਾਹਿਬ ਜੀ ਦਾ ਬਚਨ, ਸਤਿਗੁਰ ਕੀ ਰੀਸੇ ਹੋਰ ਕੱਚ ਪਿੱਛ ਬੋਲਦੇ ਸੇ ਕੂੜੇ ਆਰ ਕੂੜੇ ਚੱਕ ਪੜੀਏ। ਹੁਣ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਤੋਂ ਬਾਅਦ ਜਹਾਂਗੀਰ ਆ ਗਿਆ, ਜਹਾਂਗੀਰ ਲਾਲੂ ਸੀ, ਜਿਹੜੀ ਚੀਜ਼ ਬ੍ਰਾਹਮਣ ਚਾਹੁੰਦਾ ਸੀ ਕਿ ਮੈਨੂੰ ਰਾਜ ਸ਼ਕਤੀ ਦਾ ਸਾਥ ਮਿਲੇ ਤਾਂ ਕਿ ਮੈਂ ਇਹ ਸ਼ਬਦ ਗੁਰੂ ਨੂੰ ਕਿਸੇ ਤਰ੍ਹਾਂ ਖਤਮ ਕਰਾਂ, ਕਿਉਂਕਿ ਗੁਰੂ ਨਾਨਕ ਨੇ ਐਲਾਨ ਕਰਤਾ ਸ਼ਬਦ ਗੁਰੂ। ਹੋਇਆ ਕਿ ਉਹਨੂੰ ਜਹਾਂਗੀਰ ਦਾ ਸਾਥ ਮਿਲ ਗਿਆ। ਇਹ ਮੇਰਾ ਸਾਥ ਨਾ ਮਿਲਿਆ ਹੋਈ ਗੱਲ ਉਲਟ ਕਿ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸਦੇ ਸਾਹਮਣੇ ਇੱਕ ਹੋਰ ਖਿਲਾਰਾ ਪਾ ਦਿੱਤਾ, ਉਹਦਾ ਜ਼ਿਕਰ ਵੀ ਗੁਰਬਾਣੀ ਵਿੱਚ ਆ ਗਿਆ। ਕੀ ਕੀਤਾ? ਸ਼ਬਦ ਗੁਰੂ ਪਰਦਾਸਿਓ, ਸ਼ਬਦ ਗੁਰੂ ਪਰਦਾਸਿਓ ਹਰ ਰਸਨ ਵਸਾਇਓ। ਮੈਂ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੀਤੇ ਹੋਏ ਕੰਮਾਂ ਦੀ ਲਿਸਟ ਤੁਹਾਨੂੰ ਦੱਸਣਾ ਚਾਹੁੰਦਾ ਸਤਿਗੁਰ ਚਰਨ ਕਮਲ ਧਾਰਨ, ਗੁਰੂ ਅਰਜਨ ਗੁਣ ਸਹਿਜ ਵਿਚਾਰਨ, ਗੁਰੂ ਰਾਮਦਾਸ ਧਰਤੀ ਉਹ ਪ੍ਰਗਾਸਾ, ਸਤਲ ਮਨੋਰਥ ਪੂਰੀ ਆਸਤ, ਜਨਮਤ ਗੁਰਮਤ ਬ੍ਰਹਮ ਪਛਾਣਿਓ, ਕਾਲ ਜੋੜ ਕਰ ਸੁਜਸ ਵਿਖਾਣਿਓ, ਭਗਤ ਜੋ ਕੋ ਜੈਤਵਾਰ ਹਰਜਨ ਕੋ ਪਾਇਓ, ਸ਼ਬਦ ਗੁਰੂ ਪ੍ਰਗਾਸਿਓ। ਹੁਣ ਉਹ ਸ਼ਬਦ ਗੁਰੂ ਦਾ ਨਿਸ਼ਾਨ ਮਿਟਾਉਣਾ ਚਾਹੁੰਦਾ ਹੈ। ਗੁਰੂ ਅਰਜਨ ਸਾਹਿਬ ਨੇ ਸ਼ਬਦ ਗੁਰੂ ਦਾ ਪ੍ਰਕਾਸ਼ ਕਰ ਦਿੱਤਾ, ਉਹਦੀ ਸੰਪਾਦਨਾ ਕਰ ਦਿੱਤੀ, ਉਹਨੂੰ ਇਕੱਤਰ ਕਰ ਦਿੱਤਾ ਤੇ ਉਹਨੂੰ ਇਸ ਢੰਗ ਨਾਲ ਰੂਪਮਾਨ ਕੀਤਾ ਕਿ ਜੋ ਪਿੱਛੇ ਉਹਦੀ ਕੋਸ਼ਿਸ਼ ਚੱਲ ਰਹੀ ਸੀ ਮਿਲਾਵਟ ਦੀ, ਇੱਥੇ ਮਿਲਾਵਟ ਵੀ ਨਾ ਕੀਤੀ ਜਾ ਸਕੇ। ਬਿਲਕੁਲ ਤਰਤੀਬ ਦੇ ਕੇ ਅਖੀਰ ਤੇ ਮੁਦਾਮਨੀ ਮੋਹਰ ਲਾ ਦਿੱਤੀ ਵੀ ਇਹਦੇ ਤੋਂ ਬਾਅਦ ਕੁਛ ਨਹੀਂ ਪਾਇਆ ਜਾ ਸਕਦਾ। ਇਹੋ ਕਾਰਨ ਹੈ ਗੁਰੂ ਦਸਮ ਪਾਤਸ਼ਾਹ ਜੀ ਨੇ ਵੀ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ ਬਾਣੀ ਪਾਈ ਨਾ ਉਦੋਂ ਮੁਦਾਮਨੀ ਤੋਂ ਪਹਿਲਾਂ ਪਾਈ ਹੈ। ਹਾਲਾਂਕਿ ਮੁਦਾਮਨੀ ਤਾਂ ਗੁਰੂ ਅਰਜਨ ਸਾਹਿਬ ਦੇ ਵੇਲੇ ਲੱਗ ਚੁੱਕੀ ਸੀ ਤੇ ਫਿਰ ਬਾਅਦ ਚ ਲਿਖਦੇ, ਉਹ ਮਰਿਆਦਾ ਨਹੀਂ ਪਾਈ ਮੁਦਾਮਨੀ ਤੋਂ
ਪਹਿਲਾਂ ਭਾਈ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ, ਕਿਉਂਕਿ ਮੁਦਾਵਲੇ ਤੋਂ ਬਾਅਦ ਕੁਝ ਨਹੀਂ ਹੋ ਸਕਦਾ। ਗੁਰੂ ਅਰਜਨ ਪਾਤਸ਼ਾਹ ਜੀ ਦੀ ਸਿਆਣ ਫੈਸਲਾ ਸੀ। ਹੁਣ ਇਹ ਗੱਲ ਹੀ ਬ੍ਰਾਹਮਣ ਨੂੰ ਪਰੇਸ਼ਾਨ ਕਰਦੀ ਸੀ। ਮੈਂ ਪਿਛਲੀ ਵਾਰ ਦੱਸ ਕੀਤੀ ਕੁਝ ਸਾਲ ਪਹਿਲਾਂ ਬੋਲਦਿਓ ਮੈਂ ਇੱਕ ਗੱਲ ਕਹੀ ਸੀ, ਆਪ ਵੱਲੋਂ ਬ੍ਰਾਹਮਣ ਨੇ ਇਹ ਸੋਚਿਆ, ਬ੍ਰਾਹਮਣਿਜ਼ਮ ਨੇ ਸੋਚਿਆ ਕਿ ਮੈਂ ਗੁਰੂ ਅਰਜਨ ਪਾਤਸ਼ਾਹ ਜੀ ਦਾ ਨਿਸ਼ਾਨ ਦੇ ਰੂਪ ਸਮਝਦਾ ਸੀ, ਮਿਟਾ ਦਿਆਂਗਾ, ਅੱਗ ਨਾਲ ਜਲਾ ਕੇ ਤੱਤੀਆਂ ਲੋਹਾਂ ਗਰਮ ਰੇਤੇ ਸਭ ਕੁਝ ਪਾ ਕੇ ਮੈਂ ਸ਼ਹੀਦ ਕਰ ਦਿੱਤਾ, ਬਸ ਗੁਰੂ ਅਰਜਨ ਸਾਹਿਬ ਦਾ ਨਿਸ਼ਾਨ ਮਿਟ ਗਿਆ। ਮੈਂ ਆਖਿਆ ਕਿ ਇੱਡੀ ਅਜੀਬ ਗੱਲ ਵਾਪਰੀ। ਸਦੀਆਂ ਚਾਰ ਪੰਜ ਬੀਤੀਆਂ, ਵੇਖ ਕੇ ਹੈਰਾਨ ਹੋ ਗਿਆ ਕਿ ਗੁਰੂ ਅਰਜਨ ਸਾਹਿਬ ਤਾਂ ਸ਼ਬਦ ਰੂਪ ਵਿੱਚ ਹੁਣ ਵੀ ਤਖ਼ਤ 'ਤੇ ਬੈਠੇ ਨੇ, ਹੁਣ ਵੀ ਤਖ਼ਤ 'ਤੇ ਬੈਠੇ ਨੇ, ਗੁਰਬਾਣੀ ਆਖ ਰਹੀ ਹੈ ਸ਼ਬਦ ਰੂਪ ਵਿੱਚ। ਉਪਾਈ ਸੀ ਜਿਹਦੇ 'ਚ ਅਖੀਰਲੇ ਲਫ਼ਜ਼ ਨੇ ਨਾਨਕ ਆਦਿ ਅੰਗਦ ਅਮਰ ਸਤਿਗੁਰ ਸ਼ਬਦ ਮਿਲਾਇਓ, ਤੇ ਕੀਤਾ ਕੀ ਧੰਨ ਧੰਨ ਗੁਰੂ ਰਾਮਦਾਸ ਗੁਰ ਜਿਨ ਪਾਰਸ ਪਰਸ ਮਿਲਾਇਓ। ਗੁਰੂ ਰਾਮਦਾਸ ਸਾਹਿਬ ਜੀ ਤੱਕ ਸ਼ਬਦ ਇਕੱਤਰ ਕਰਕੇ ਗੁਰੂ ਅਰਜਨ ਪਾਤਸ਼ਾਹ ਜੀ ਦੀ ਝੋਲੀ ਪਾ ਦਿੱਤਾ ਗਿਆ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਉਸ ਸ਼ਬਦ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ ਲਿਆ। ਹੁਣ ਬ੍ਰਾਹਮਣ ਹੈਰਾਨ ਸੀ, ਸ਼ਬਦ ਗੁਰੂ ਤਾਂ ਗੁਰੂ ਅਰਜਨ ਬਣ ਕੇ ਹੁਣ ਵੀ ਬੈਠਾ, ਹੁਣ ਵੀ ਬੈਠਾ। ਇਹੋ ਕਾਰਨ ਹੈ ਹੁਣ ਕੋਸ਼ਿਸ਼ ਅਜੇ ਵੀ ਇਹੀ ਚੱਲ ਰਹੀ ਹੈ ਕਿ ਕਿਸੇ ਤਰ੍ਹਾਂ ਗੁਰੂ ਦਾ ਨਿਸ਼ਾਨ, ਗੁਰੂ ਦਾ ਉਹ ਪਛਾਣ ਖਤਮ ਹੋਵੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗ ਨਾਲ ਜਲਾ, ਆਹ 84 ਵੇਲੇ ਕੀ ਹੋਇਆ, 2500 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ, 2500 ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਭੀੜ 84 ਵੇਲੇ ਅਗਨ ਭੇਟ ਕੀਤੀ ਗਈ, ਜਲਾਈ ਗਈ। ਹੁਣ ਪਿਛਲੇ 2 ਸਾਲਾਂ ਵਿੱਚ ਤੁਸੀਂ ਦੇਖਦੇ ਹੋ ਕੀ ਹੋਇਆ ਪੰਜਾਬ ਦੀ ਧਰਤੀ 'ਤੇ, ਥਾਂ ਥਾਂ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਦਾ ਅਪਮਾਨ ਅਤੇ ਜਲਾਇਆ। ਮੈਂ ਤਾਂ ਹੈਰਾਨ ਹੋਇਆ, ਮੈਂ ਆਖਿਆ ਕਿਹੜੀ ਅਜੀਬ ਗੱਲ ਹੈ, ਇੱਥੇ ਵਿਚਿੱਤਰ ਨਾਟਕ ਨੂੰ ਅੱਗ ਨਹੀਂ ਲਾਈ ਜਾਂਦੀ, ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਲਾਈ ਜਾਂਦੀ ਕਿਉਂ? ਅੱਜ ਵੀ ਤੁਸੀਂ ਆ 2 ਸਾਲ ਪੁਰਾਣੀ ਹਿਸਟਰੀ, 1.5 ਸਾਲ ਪੁਰਾਣੀ ਪੜ੍ਹ ਲਓ, ਤੁਹਾਡੇ ਸਾਹਮਣੇ ਵਾਪਰੀ ਹੈ। ਪੰਜਾਬ ਵਿੱਚ ਵਾਰ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਨਤੀ ਹੋਈ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਅਗਨ ਭੇਟ ਕੀਤਾ ਗਿਆ, ਕਿਸੇ ਹੋਰ ਗ੍ਰੰਥ ਨੂੰ ਨਹੀਂ। ਇਹਦਾ ਮਤਲਬ ਸ਼ਬਦ ਗੁਰੂ ਦਾ ਨਿਸ਼ਾਨ ਮਿਟਾਉਣ ਦਾ ਇੱਕ ਖਿਆਲ ਹੈ। ਅਤੇ ਮੈਂ ਇੱਕ ਗੱਲ ਕਹੀ ਸੀ, ਇੱਕ ਖਿਆਲ ਕਰਿਓ ਉਸ ਬ੍ਰਾਹਮਣ ਇਜ਼ਮ ਦੇ ਜ਼ਾਲਮ ਵਿਚਾਰ ਨੂੰ ਇੱਕ ਗੱਲ ਸਮਝਾ ਦੇਣਾ ਚਾਹੁੰਦਾ ਕਿ ਭਲਿਆ ਸਿੱਖ ਦਾ ਗੁਰੂ ਹੈ ਸ਼ਬਦ, ਅਰਜਨ ਦੀ ਦੇਹ ਨਹੀਂ। ਤੂੰ 500 ਵਰ੍ਹਾ ਪਹਿਲੇ ਤੋਂ ਲੱਗਾ ਹੋਇਆ ਗੁਰੂ ਦਾ ਨਿਸ਼ਾਨ, ਗੁਰੂ ਦੀ ਪਛਾਣ ਮਿਟਾ ਦੇਣਾ, ਪਰ ਗੁਰੂ ਅਰਜਨ ਤਾਂ ਸੁਖਮਣੀ ਸਾਹਿਬ ਬਣ ਕੇ ਆ ਸਿੱਖ ਦੇ ਹਿਰਦੇ ਵਿੱਚ ਬੈਠਾ ਹੈ, ਇੱਥੋਂ ਕੀ ਜਲਾਏਗਾ, ਸੁਖਮਣੀ ਸਾਹਿਬ ਬਣ ਗਿਆ ਹਰ ਸਿੱਖ ਦੇ ਹਿਰਦੇ ਵਿੱਚ ਬੈਠਾ ਹੈ, ਅੰਦਰ ਬੈਠਾ ਹੈ।
ਇਹ ਕੋਈ ਆਪਣੀ ਮਰਜ਼ੀ ਨਾਲ ਆਪਣੇ ਅੰਦਰ ਨਾ ਬਿਠਾਵੇ, ਵੱਖਰੀ ਗੱਲ ਹੈ, ਥਾਂ ਨਾ ਦੇਵੇ, ਕਿਉਂਕਿ ਸਾਡੇ ਕੋਲ ਅੱਜ ਸੰਸਾਰਿਕ ਕੁਕਰਮਾਂ ਦੀ ਇੰਨੀ ਵੱਡੀ ਲਿਸਟ ਹੈ ਕਿ ਗੁਰੂ ਲਈ ਥਾਂ ਨਹੀਂ। ਨਹੀਂ ਤਾਂ ਜਿੰਨੀ ਦੇਰ ਗੁਰੂ ਅਰਜਨ ਅੰਦਰ ਬੈਠਾ ਨਾ ਸੁਖਮਣੀ ਸਾਹਿਬ ਬਣ ਕੇ, ਸਤਿਗੁਰੂ ਨੇ ਐਵੇਂ ਨਹੀਂ ਆਖਿਆ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸੰਭਾਲੇ ਇਹ ਲੋਕ ਪਰਲੋਕ ਸੰਗ ਸਹਾਈ, ਜਦ ਤੱਕ ਮੋਹਿ ਰਖਵਾਲੇ, ਗੁਰ ਕਾ ਬਚਨ ਬਸੇ ਜੀ ਨਾਲੇ, ਤੇ ਹੁੰਦਾ ਕਿ ਇਹ ਜਲ ਨਹੀਂ ਡੁੱਬੇ, ਤਸਕਰ ਨਹੀਂ ਲੇਵੇ, ਭਾਏ ਨਾ ਸਾਕੇ ਜਾਂਦੇ। ਇਸ ਲਈ ਇਹ ਤੈਨੂੰ ਭੁਲੇਖਾ ਹੈ ਕਿ ਤੂੰ ਅੱਗ ਨਾਲ ਜਲਾ ਕੇ ਗੁਰੂ ਦਾ ਨਿਸ਼ਾਨ ਮਿਟਾ ਦੇਵੇਂਗਾ, ਪਛਾਣ ਮਿਟਾ ਦੇਵੇਂਗਾ। ਹੁਣ ਗੁਰੂ ਦੀ ਪਛਾਣ ਸੁਖਮਣੀ ਸਾਹਿਬ ਹੈ, ਹੁਣ ਗੁਰੂ ਦੀ ਪਛਾਣ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ। ਉਹ ਤੂੰ ਸੰਸਾਰ ਤੋਂ ਮਿਟਾ ਨਹੀਂ ਸਕਦਾ। ਹੁਣ ਵੀ ਤੇਰੀ ਕੋਸ਼ਿਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੀ ਇਸੇ ਖਿਆਲ ਨਾਲ, ਉਸੇ ਭੁਲੇਖੇ ਅਤੇ ਉਸੇ ਮੂਰਖਤਾ ਨਾਲ ਹੈ ਜਿਸ ਮੂਰਖਤਾ ਨਾਲ ਕਦੀ ਤੂੰ ਗੁਰੂ ਅਰਜਨ ਸਾਹਿਬ ਦਾ ਤਨ ਜਲਾਉਣ ਦੀ ਕੋਸ਼ਿਸ਼ ਕੀਤੀ, ਨਿਸ਼ਾਨ ਮਿਟਾਉਣ ਦੀ ਕੋਸ਼ਿਸ਼ ਕੀਤੀ, ਪਰ ਆਪਣੀ ਰਸਨਾ ਤੋਂ ਕੱਲ ਸਹਾਰ ਨੇ ਬੜੀ ਖੂਬਸੂਰਤ ਗੱਲ ਆਖ ਦਿੱਤੀ। ਇਹ ਪਾਤਸ਼ਾਹ ਜੀ ਦੀ ਸ਼ਹੀਦੀ ਨਾਲ ਇਤਿਹਾਸਿਕ ਪੱਖੋਂ ਵੱਖ ਵੱਖ ਕਲਮਾਂ ਨੇ ਲਿਖ ਦਿੱਤੀਆਂ, ਜਿਹਦੇ ਨਾਲ ਗੁਰੂ ਦੀ ਤਨ ਦੀ ਸ਼ਹੀਦੀ ਨੂੰ ਵੀ
ਸ਼ਕਤੀ ਬਣਾ ਦਿੱਤਾ ਜਾਏ। ਸ੍ਰੀ ਚੰਦ ਸਰਾ ਪੈ ਜੀ, ਭਾਈ ਕਾਨਾ ਦਾ ਸਰਾ ਪੈ ਜੀ, ਬਹੁਤ ਕੁਝ ਐਸਾ ਹੋਇਆ ਹੈ, ਪਰ ਇਹ ਨਹੀਂ ਸਮਝਦਾ ਸਿੱਖ ਕਿ ਸਿੱਖ ਦਾ ਗੁਰੂ ਤਨ ਨਹੀਂ। ਤਨ ਜਲਾਇਆ ਜਾ ਸਕਦਾ ਹੈ, ਮਿਟਾਇਆ ਜਾ ਸਕਦਾ ਹੈ, ਪਰ ਖਿਆਲ ਕਰ, ਸਿੱਖ ਦਾ ਗੁਰੂ ਹੈ ਸ਼ਬਦ। ਇਹ ਗੱਲ ਵੱਖਰੀ ਹੈ ਕਿ ਬ੍ਰਾਹਮਣ ਕੋਸ਼ਿਸ਼ ਵਿੱਚ ਹੈ ਕਿ ਸ਼ਬਦ ਦਾ ਨਿਸ਼ਾਨ ਵੀ ਮਿਟ ਜਾਏ, ਸ਼ਬਦ ਦੀ ਪਛਾਣ ਵੀ ਖਤਮ ਹੋ ਜਾਏ। ਕੋਸ਼ਿਸ਼ ਹੁੰਦੀ ਹੈ, ਅੱਜ ਸਾਡੇ 'ਤੇ ਵਰਤ ਵੀ ਹੋ ਰਹੀ ਹੈ, ਕਿਉਂਕਿ ਅਸੀਂ ਸ਼ਬਦ ਦੀ ਪਛਾਣ ਭੁੱਲ ਗਏ ਹਾਂ। ਸੁਣਨੇ ਹਾਂ, ਸੁਣ ਕੇ ਪਛਾਣਦੇ ਨਹੀਂ, ਗੁਰੂ ਦਾ ਕੇ ਵਿੱਚ ਉੱਤਰ ਨਟਕਦਾ, ਅਸੀਂ ਮਿਲਾ ਮਿਲਾ ਕੇ ਪੜ੍ਹੀ ਜਾਂਦੇ ਹਾਂ। ਫਰਕ ਇਹੋ ਤਾਂ ਚੀਜ਼ ਬ੍ਰਾਹਮਣ ਚਾਹੁੰਦਾ ਹੈ ਕਿ ਇਹਨੂੰ ਆਪਣੇ ਗੁਰੂ ਦੀ ਪਛਾਣ ਭੁੱਲ ਜਾਏ। ਪਰ ਇੱਕ ਗੱਲ ਖਿਆਲ ਕਰਿਓ, ਅੱਗ ਨਾਲ ਪਛਾਣ ਤਨ ਦੀ ਸਥੂਲ ਦੀ ਮਿਟਦੀ ਹੈ, ਸ਼ਬਦ ਦੀ ਨਹੀਂ ਮਿਟਦੀ। ਸ਼ਬਦ ਦੀ ਪਛਾਣ ਅਸੀਂ ਅੱਖਾਂ ਬੰਦ ਕਰਕੇ ਭੁੱਲ ਜਾਈਏ ਵੱਖਰੀ ਗੱਲ ਹੈ ਅਗਿਆਨਤਾ ਵਿੱਚ, ਪਰ ਸ਼ਬਦ ਦੀ ਪਛਾਣ ਕਦੀ ਖਤਮ ਨਹੀਂ ਹੁੰਦੀ। ਜਦੋਂ ਵੀ ਕੋਈ ਗਿਆਨਵਾਨ ਜ਼ਿੰਦਗੀ ਸਾਹਮਣੇ ਇਹ ਸ਼ਬਦ ਆਏਗਾ, ਉਹ ਪਛਾਣੇਗਾ ਮੇਰੇ ਗੁਰੂ ਦਾ ਸ਼ਬਦ ਹੈ। ਆ ਕੱਚੀ ਬਾਣੀ ਹੈ, ਸੱਚੀ ਬਾਣੀ ਅਤੇ ਕੱਚੀ ਬਾਣੀ ਦੀ ਪਛਾਣ ਹੀ ਸਿੱਖ ਨੂੰ ਕਰਨੀ, ਉਹਦੀ ਪਛਾਣ ਦਾ ਜ਼ਰੀਆ ਹੈ। ਇਹਨਾਂ ਸ਼ਬਦਾਂ ਨਾਲ ਖਿਮਾ ਦਰਜਾ ਚਿੱਤਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।